ਟਰੈਕਟਰਾਂ ਵਰਵੀ ਉਹੀ ਚੱਲਦਾ ਪਿੰਡਾਂ ਦਾ ਗਾਣਾ ਮੂਸੇ ਵਾਲਾ ਮੂਸੇ ਵਾਲਾ ਸਾਨੂੰ ਤਾਂ ਦੀਵਾਲੀ ਨਾਲੋਂ ਵੱਧ ਇੰਤਜ਼ਾਰ ਸਿੱਧੂ ਦੇ ਗੀਤ ਦਾ ਸੀਗਾ ਗਾ ਗੀਤ ਫਿਰ ਵੱਜਦਾ ਫੁੱਲ ਗੱਡੀਆਂ ਦਾ ਗਾਣੇ ਬਾਬਿਓ ਬੰਬ ਗਾਣੇ ਜਿਹਦੇ ਬੰਬ ਬਹੁਤ ਵਧੀਆ ਲੱਗਿਆ ਜੀ ਬਹੁਤ ਟਾਈਮ ਦੇ ਇੰਤਜ਼ਾਰ ਕਰ ਰਹੇ ਸੀਗੇ ਵੀ ਕਦੋਂ ਨਵਾਂ ਗੀਤ ਰਿਲੀਜ਼ ਹੋਊਗਾਗਾ ਅੱਜ ਦੀਵਾਲੀ ਤੇ ਇੰਤਜ਼ਾਰ ਖਤਮ ਹੋਇਆਗਾ ਇਹਨੇ ਪਹਿਲੀ ਬੰਦਾ ਕਰੇ ਨਾ ਜਨਾਨੀ ਵਾਜੀਆਂ ਤੇ ਕਹਿੰਦੀ ਆਸ਼ਕ ਰਾਨਾਂ ਦਾ ਵੈਲੀ ਹੋਣੀ ਸਕਦਾ ਜਦੋਂ ਦਾ ਬਈ ਗੀਤ ਆਇਆ ਆਪਣੀ ਗੱਡੀ ਰਿਪੀਟ ਹੀ ਚੱਲੀ ਜਾਂਦਾ ਤੇ ਹੁਣ ਤਾਂ ਦੇਖੋ ਜੀ ਹੁਣ ਗੱਲ ਆਈ ਸੀ ਦੇਖਣਾਂ ਪਰ ਅਸੀਂ ਆਗੇ ਹੋ ਰਹਿ ਮੰਤੋਂ ਤੁਹਾਨੂੰ ਪਤਾ ਹੀ ਹੈ ਆਪਣੀ ਗੱਡੀ ਦੇ ਸਟicker ਵੀ ਮਲਕੇ ਸਿੱਧੂ ਬਾਈ ਦੇ ਲੱਗੇ ਹੋਏ ਆ ਚਮਕੀਲਾ ਦੇ ਸਿੱਧੂ ਮੂਸੇ ਵਾਲਾ ساری ਉਮਰ ਨਹੀਂ ਮਰਦੇ ਚੱਲਦੇ ਰਹਿਣਗੇ ਗੌਰਵ ਸਾਹਿਬ ਵਿਚ ਸਾਹ ਏ ਮੂਸੇ ਵਾਲੇ ਦੇ ਗਾਣੇ ਚੱਲੂਗੇ ਬਾਬੇ ਚਲੋ ਜਿਦੋਂ ਰੱਬ ਨੇ ਕਰਨਾ ਸੀ ਉਹਦਾ ਕਰਤਾ ਪਰ ਚਮਕੀਲਾ ਦੇ ਸਿੱਧੂ ਮੂਸੇ ਵਾਲਾ ਸਦਾ ਲਈ ਰਹਿਣਗੇ ਬਾਈ ਸੋ ਸਾਸਰੀ ਕਾ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡੇ ਨਾਲ ਸੋ ਨੂੰ ਜਾਂਚ ਲਾਤੇ ਤੁਸੀਂ ਦੇਖ ਰਹੇ ਹੋ ਚੈਨਲ ਸੱਤ ਰੰਗ ਸੋ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਜਿਵੇਂ ਤੁਹਾਨੂੰ ਪਤਾ ਹੈ ਕਿ ਅੱਜ ਦੀਵਾਲੀ ਹੈ ਔਰ ਦਿਵਾਲੀ ਦੇ ਨਾਲ ਸਿੱਧੂ ਮੁਸੇਵਾਲੇ ਦੇ ਚਾਣ ਵਾਲਿਆਂ ਨੂੰ ਜਿੱਦਾਂ ਆਪਾਂ ਪਹਿਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਤੁਹਾਨੂੰ ਕਿ ਗੀਤ ਆ ਰਿਹਾ ਦਿਵਾਲੀ ਨੂੰ ਔਰ ਅੱਜ ਦਿਵਾਲੀ ਆ ਸੋ ਗੀਤ ਆ ਚੁੱਕਿਆ ਗੀਤ ਬਾ ਕਮਾਲ ਹੈ ਸੋ ਗੀਤ ਆ ਚੁੱਕਿਆ ਸੋ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਸੋ ਅੱਜ ਦਿਵਾਲੀ ਦੀਆਂ ਪਹਿਲਾਂ ਦਾ ਚੈਨਲ ਸਤ ਰੰਗ ਦੀ ਟੀਮ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਗੱਲਬਾਤ ਕਰ ਰਹੇ ਹਾਂ ਲੋਕਾਂ ਨਾਲ ਕਿ ਅੱਜ ਦਿਵਾਲੀ ਦੀ ਚਾ ਕਿੰਨਾ ਕਹਿ ਤੇ ਗੀਤ ਦਾ ਕਿੰਨਾ ਚਾਏ ਜੋ ਇਸ ਵਾਰ ਪੂਰੀ ਧੂਮਾ ਮਚਾਈਆਂ ਹੋਈਆਂ ਨੇ ਗੀਤ ਨੇ ਪਾਜੀ ਸਾਸਰੀ ਘਰ ਸਤਿ ਸ੍ਰੀ ਅਕਾਲ ਜੀ ਕੀ ਹਾਲ ਤੁਹਾਡਾ ਰਨਜੀਤ ਸਿੰਘ ਜੀ ਰਨਜੀਤ ਸਿੰਘ ਜੀ ਰਨਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਤੁਹਾਡੇ ਪੂਰੇ ਚੈਨਲ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿਵਾਲੀ ਦੀ ਸੋ ਕੀ ਕਹਿਣਾ ਚਾਹੋਗੇ ਕਿ ਸਿੱਧੂ ਮੂਸੇਵਾਲੇ ਦਾ ਅੱਜ 12 ਵਜੇ ਗੀਤ ਰਿਲੀਜ਼ ਹੋ ਚੁੱਕਿਆ ਸੋ ਕਿਦਾਂ ਕਿਦਾਂ ਦਾ ਲੱਗ ਰਿਹਾ ਅੱਜ ਦਿਵਾਲੀ ਦਾ ਕਿਦਾਂ ਦਾ ਤੇ ਗੀਤ ਬਹੁਤ ਵਧੀਆ ਲੱਗਿਆ ਜੀ ਬਹੁਤ ਟਾਈਮ ਦੇ ਇੰਤਜ਼ਾਰ ਕਰ ਰਹੇ ਸੀਗੇ ਵੀ ਕਦੋਂ ਨਵਾਂ ਗੀਤ ਰਿਲੀਜ਼ ਹੋਊਗਾਗਾ ਅੱਜ ਦਿਵਾਲੀ ਤੇ ਇੰਤਜ਼ਾਰ ਖਤਮ ਹੋਇਆਗਾ ਤੇ ਇਹਨਾਂ ਦਾ ਪਹਿਲਾਂ ਵੀ ਆਇਆ ਆਪਣਾ ਮੇਰਾ ਨਾਮ ਗੀਤ ਬਹੁਤ ਚੰਗਾ ਲੱਗ ਸੀਗਾ ਤੇ ਹੁਣ ਵੀ ਜੋ ਆਇਆ ਹੈਗਾ ਬਹੁਤ ਹੀ ਲੋਕਾਂ ਨੇ ਪਸੰਦ ਕਰਿਆ ਹੈਗਾ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਗੀਤ ਇਹ ਤਾਂ ਐਦਾਂ ਹੀ ਉਮੀਦ ਹੈ ਕਿ ਇਹਨਾਂ ਦੇ ਫਾਦਰ ਸਾਹਿਬ ਇੱਕ ਤੇ ਇੱਕ ਗਾਣਾ ਸਾਨੂੰ ਨਵਾਂ ਦਿੰਦੇ ਰਹਿਣਗੇ ਅੱਛਾ ਕਿਦਾਂ ਦਾ ਲੱਗਦਾ ਕਿ ਕਿੰਨੀ ਕੀ ਵਧੀਆ ਸੋਚ ਹੈ ਦੇਖੋ ਕਿ ਦੀਵਾਲੀ ਵਾਲਾ ਦਿਨ ਔਰ ਦੀਵਾਲੀ ਵਾਲੇ ਦਿਨੀ ਗੀਤ ਉਹਨਾਂ ਨੇ ਕੱਢਿਆ ਸੋਰ ਰੀਲਿਸ ਕੀਤਾ ਸੋ ਕਿਦਾਂ ਦਾ ਲੱਗਦਾ ਕਿਉਂਕਿ ਅਗਰ ਕਹਿੰਦੇ ਨੇ ਕਿ ਪਹਿਲਾਂ ਗੀਤ ਕੱਢਣਾ ਸੀ ਅੱਗੇ ਜਾ ਕੇ ਪਰ ਸਿੱਧੂ ਮਸੇਵਾਲੇ ਦੇ ਚਾਣ ਵਾਲੇ ਤੁਹਾਡੇ ਵਰਗੇ ਭਰਾ ਇੰਨੇ ਨੇ ਕਿ ਉਹਨਾਂ ਨੂੰ ਇਸ ਵਾਰ ਦੀਵਾਲੀ ਤੇ ਹੀ ਕੱਢਣਾ ਵੈ ਕਿੰਨਾ ਕਿ ਕਿਦਾਂ ਦੇਖਦੇ ਹਾਂ ਕਿ ਕਿੰਨਾ ਖਚਾ ਇਸ ਗੱਲ ਦਾ ਦੇਖੋ ਜੀ ਸਾਨੂੰ ਤਾਂ ਦੀਵਾਲੀ ਨਾਲੋਂ ਵੱਧ ਇੰਤਜ਼ਾਰ ਸਿੱਧੂ ਦੇ ਗੀਤ ਦਾ ਸੀਗਾਗਾ ਜੋ ਕਿ ਅੱਜ ਦੋਨੇ ਚੀਜ਼ਾਂ ਸਾਡੀਆਂ ਪੂਰੀਆਂ ਹੋ ਚੁੱਕੀਆਂ ਨੇ ਦੀਵਾਲੀ ਦੇ ਮੌਕੇ ਦੇ ਉੱਤੇ ਦੀਵਾਲੀ ਦਾ ਵਿੱਚ ਆਏਗਾ ਗੀਤ ਦਾ ਵੀ ਸਾਨੂੰ ਬਹੁਤ ਆਏਗਾ ਕਿ ਸਾਨੂੰ ਦੀਵਾਲੀ ਦੇ ਉੱਤੇ ਐਨਾ ਵਧੀਆ ਤੋਹਫਾ ਦਿੱਤਾ ਹੈਗਾ ਬਹੁਤ ਵਧੀਆ ਗੀਤ ਲੱਗਿਆ ਜੀ ਕੀ ਗੱਲ ਹੈ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸੋ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੀਵਾਲੀ ਦੀਆਂ ਮੁਬਾਰਕਾਂ ਤੁਹਾਨੂੰ ਵੀ ਮੁਬਾਰਕਾਂ ਜੀ ਅੱਛਾ ਕੀ ਕਹਿਣਾ ਚਾਹੋਗੇ ਕਿ ਸਿੱਧੂ ਮਸੇਵਾਲੇ ਦਾ ਗੀਤ ਆ ਚੁੱਕਿਆ ਸੋ ਕਿਦਾਂ ਦਾ ਲੱਗ ਰਿਹਾ ਬਹੁਤ ਹੀ ਮਿਲ ਕੇ ਖੁਸ਼ੀ ਆ ਯਾਰ ਦਿਲ ਨੂੰ ਹਨਾ ਮਿਲ ਕੇ ਉਹਨਾਂ ਆਪਾਂ ਨੂੰ ਦੀਵਾਲੀ ਦਾ ਨਹੀਂ ਚਾਹ ਜਿੰਨਾ ਆਪਾਂ ਨੂੰ ਸੌਂਗ ਦਾਗਾ ਤੇ ਜਦੋਂ ਦਾ ਬਈ ਗੀਤ ਆਇਆ ਆਪਣੀ ਗੱਡੀ ਰਿਪੀਟ ਹੀ ਚੱਲੀ ਜਾਂਦਾ ਤੇ ਪਹਿਲਾਂ ਵੀ ਸਿੱਧੂ ਬਾਈ ਦੇ ਹੀ ਚੱਲਦੇ ਆ ਆਪਣੀ ਗੱਡੀ ਦੇ ਸਟicker ਵੀ ਮਨ ਲ ਕੇ ਸਿੱਧੂ ਬਾਈ ਦੇ ਲੱਗੇ ਹੋਏ ਆ ਠੀਕ ਐ ਫਾਲੋ ਵੀ ਆਪਾਂ ਮੰਨ ਲਓ ਕੱਲੇ ਉਹਨਾਂ ਨੂੰ ਹੀ ਕਰੀਦਾਗਾ ਠੀਕ ਐ ਅੱਜ ਤੱਕ ਹੋਰ ਨਾ ਸੁਣਿਆ ਤੇ ਗਾਣਾ ਨਾ ਆਪਾਂ ਸੁਣਾਗੇ ਕਿਸੇ ਹੋਰ ਨੂੰ ਠੀਕ ਐ ਬਾਕੀ ਬਾਈ ਨੇ ਮਨ ਲ ਕੇ ਜਿਹੜਾ ਸੌਂਗ ਕੱਢਿਆ ਮੈਂ ਕਿਹਾ ਰੂਹ ਖੁਸ਼ ਕਰਤੀ ਅੱਛਾ ਪਹਿਲਾਂ ਨਾਲੋਂ ਜਿੱਦਾਂ ਵੀਡੀਓ ਬਣੀ ਸੀ ਇਸ ਗੀਤ ਪਤਾ ਸੀ ਕਿ ਐਦਾਂ ਦਾ ਗੀਤ ਆ ਨਿਕਲੇਗਾ ਵੇ ਬਾਈ ਜਿਹੜੋ ਜਾਂਉਂਦੇ ਸੀ ਉਹਨਾਂ ਨੇ ਆਪ ਹੀ ਕਿਹਾ ਸੀਗਾ ਕਿ ਮੈਂ ਤੁਹਾਨੂੰ ਕਰੇ ਪਹਿਲੀ ਗੱਲ ਤਾਂ ਨਰਾਸ਼ ਕਰਦਾ ਨਹੀਂ ਜਿਹੜਾ ਵੀ ਮੇਰਾ ਗਾਣਾ ਆਊਗਾ ਮਤਲਬ ਕਿ ਆਏ ਨਹੀਂ ਹੋਊਗਾ ਕਿ ਪਿਛਲੇ ਰ ਕੋਈ ਥੱਲੇ ਹੋਊਗਾ ਸਾਰੇ ਚੜਦੇ ਚੜਦੇ ਹੀ ਹੋਣਗੇ ਠੀਕ ਹੈ ਨਾ ਤੇ ਮਤਲਬ ਕਿ ਉਹ ਗੱਲ ਅੱਜ ਪਤਾ ਮਹਿਸੂਸ ਹੁੰਦੀ ਹੈ ਕਿ ਜਿੰਨੇ ਵੀ ਬਾਈ ਦੇ ਗਾਣੇ ਆ ਮਤਲਬ ਕਿ ਇੱਕ ਤੋਂ ਇੱਕ ਚੜਦਾ ਹੀ ਆ ਸਾਰਾ ਲੱਗਦਾ ਕਿ ਦੀਵਾਲੀ ਜਿਆਦਾ ਵਧੀਆ ਹੋਗੀ ਕਿ ਜਿੱਦਾਂ ਚਾਰ ਚੰਨ ਲੱਗੇ ਨੇ ਜਿੱਦਾਂ ਕਿ ਤਿਉਹਾਰ ਇੱਕ ਵੱਡਾ ਤਿਉਹਾਰ ਹੈ ਔਰ ਉਸ ਤੋਂ ਬਾਅਦ ਜਿਆਦਾ ਹੋਰ ਵੱਡਾ ਬਣ ਗਿਆ ਕਿਉਂਕਿ ਸਿੱਧੂ ਮਸੇਵਾਲੇ ਦਾ ਅੱਜ ਗੀਤ ਰਿਲੀਜ਼ ਹੋਇਆ। ਹਾਂ ਨਹੀਂ ਸਹੀ ਗੱਲ ਆ ਬਈ ਬਾਕੀ ਮੈਂ ਮਨ ਲਓ ਇੱਕ ਤਾਂ ਦੀਵਾਲੀ ਉਹ ਦੁੱਗਣਾ ਤਿੱਗਣਾ ਚ ਬਾਈ ਦਾ ਮਨ ਲਓ ਕਿ ਜਦੋਂ ਇਹਨਾਂ ਨੇ ਪੋਸਟਰ ਰਿਲੀਜ਼ ਕੀਤਾ ਸੀ ਨਾ ਤੇ ਉਹਦੀ ਬਹੁਤ ਚਾ ਸੀਗਾ ਹੁਣ ਤਾਂ ਸੌਂਗ ਆ ਗਿਆ ਹੁਣ ਤਾਂ ਬਈ ਮਨ ਲਓ ਕਿ ਕੋਈ ਚਾਅ ਦਾ ਆਪਣਾ ਟਿਕਾੜੇ ਨਹੀਂਗਾ ਤੇ ਯਾਰਾ ਬੇਲੀਆਂ ਵੀ ਜਦੋਂ ਰਲ ਕੇ ਸਾਰੇ ਮਨ ਲਓ ਕਿ ਮਨ ਲਓ ਕਿ ਪੂਰਾ ਇੰਜੋਏ ਕੀਤਾ ਆਪਾਂ। ਤੁਸੀਂ ਸਮਾਂ ਦਿੱਤਾ ਸੋ ਫਿਰ ਦੁਬਾਰਾ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਅਤੇ ਗੀਤ ਦੀ। ਓਕੇ ਥੈਂਕ ਯੂ ਥੈਂਕ ਯੂ। ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦਿਵਾਲੀ ਦਾ ਦਿਨ ਐ ਸੋ ਇੱਕ ਵੱਡਾ ਤਿਉਹਾਰ ਐ ਜਿਵੇਂ ਕਿ ਇਸ ਤਿਉਹਾਰ ਨੂੰ ਹੋਰ ਜ਼ਿਆਦਾ ਵਧੀਆ ਬਣਾ ਦਿੱਤਾ ਸਿੱਧੂ ਮੂਸੇਵਾਲੇ ਦੇ ਗੀਤ ਨੇ ਜੋ ਅੱਜ ਰਿਲੀਜ਼ ਹੋ ਚੁੱਕਿਆ ਸੋ ਜਿਵੇਂ ਤੁਹਾਨੂੰ ਪਤਾ ਹੀ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਦਿਖਾਇਆ ਸੀ ਕਿ ਪੋਸਟਰ ਰਿਲੀਜ਼ ਹੋਇਆ ਸੀ ਸੋ ਅੱਜ ਦਿਵਾਲੀ ਦਾ ਦਿਨ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਬੜੀ ਰੌਣਕਾਂ ਲੱਗੀਆਂ ਹੋਈਆਂ ਨੇ ਸੋ ਸਾਡੇ ਨਾਲ ਭਰਾ ਖੜੇ ਨੇ ਸੋ ਪੁੱਛਦੇ ਆ ਕਿ ਕਿੱਦਾਂ ਦਾ ਲੱਗਿਆ ਸਿੱਧੂ ਮੂਸੇਵਾਲੇ ਦਾ ਗੀਤ ਔਰ ਕਿੱਦਾਂ ਦਾ ਲੱਗ ਰਿਹਾ ਦਿਵਾਲੀ ਦਾ ਤਿਉਹਾਰ ਤੇ ਕਿੱਦਾਂ ਸਿੱਧੂ ਮੂਸੇਵਾਲੇ ਦੇ ਗੀਤ ਨੂੰ ਲੋਕੀ ਕੀ ਨਾ ਟਾਣਾ ਮੇਰਾ ਨਾਮ ਮਨਪ੍ਰੀਤ ਹੈ ਵੀਰ ਮਨਪ੍ਰੀਤ ਮਨਪ੍ਰੀਤ ਕਿਦਾਂ ਦਾ ਲੱਗਦਾ ਕਿ ਅੱਜ ਦੀਵਾਲੀ ਔਰ ਗੀਤ ਵੀ ਸਿੱਧੂ ਮੂਸੇਵਾਲੇ ਦਾ ਰਿਲੀਜ਼ ਹੋ ਗਿਆ ਸੋ ਕਿੰਨਾ ਕਚਾ ਸੀ ਔਰ ਕਿੰਨਾ ਕਚਾ ਹੈਗਾ ਦੇਖੋ ਵਧੀਆ ਦਾ ਵੀਰ ਵਧੀਆ ਚਾਤ ਵਧੀਆ ਗਾਣਾ ਹੈ ਅੱਜ 12 ਤਰੀਕ ਅੱਜ ਦੀਪਾਵਲੀ ਹੈ ਵਧੀਆ ਗਾਣਾ ਉਹਨਾਂ ਦਾ ਫੁੱਲ ਇੰਜੋਏ ਕਰ ਰਹੇ ਹੋ ਫਿਰ ਹਾਂਜੀ ਫੁੱਲ ਜੀ ਫੁੱਲ ਪੂਲ ਟਾਇਟ ਹੈ ਪੂਰੀ ਗਰਾਰੀ ਸੈੱਟ ਹੈ ਪੂਰਾ ਇੰਜੋਏ ਹੈ ਵਧੀਆ ਪੂਰਾ ਜੇ ਥੋੜਿਆ ਆ ਗਾਣਾ ਬਹੁਤ ਵਧੀਆ ਨਹੀਂ ਮਿਹਨਤ ਕਰੀ ਜੀ ਬੰਦੇ ਨੇ ਪੂਰੀ ਜੋ ਚਮਕੀਲਾ ਦੇ ਸਿੱਧੂ ਮੂਸੇ ਵਾਲਾ ساری ਉਮਰ ਨਹੀਂ ਮਰਦੇ ਚੱਲਦੇ ਰਹਿਣਗੇ ਜੀ ਹਮੇਸ਼ਾ ਚੱਲਦੇ ਸੀ ਚੱਲਦੇ ਰਹਿਣਗੇ ਇਹ ਜੀ ਨਾ ਕਿ ਮਰਨ ਵਾਲੀ ਰੋਕ ਵੀ ਬਣਾਇਆ ਜੀ ਮੇਰਾ ਕਾਕਾ ਮਾ ਵੀ YouTube ਦੇ ਚੈਨਲ ਅਸੀਂ ਉਹਨਾਂ ਦਾ ਬਲੌਗ ਵੀ ਬਣਾਇਆ ਵਾ ਸਿੱਧੂ ਮੂਸੇ ਵਾਲਾ ਵਧੀਆ ਬੰਦਾ ਜੀ ਬੰਦੇ ਨੇ ਮਿਹਨਤ ਬਹੁਤ ਕਰੀ ਐ ਬਹੁਤ ਸੰਘਰਸ਼ ਕਰਿਆ ਬੰਦੇ ਨੇ ਕੋਠੀ ਬੰਦੇ ਨੇ ਵਧੀਆ ਕਾਰੋਬਾਰ ਕਰਿਆ ਤੱਕਾ ਜੀ ਦੇਖੋ ਜ਼ਿੰਦਗੀ ਆ ਦੇਖੋ ਉਤਰਾਓ ਚੜਾਓ ਆਉਂਦੇ ਰਹਿੰਦੇ ਬੰਦੇ ਤੇ ਤੇ ਬਾਕੀ ਮਕਦਰਾਂ ਦੇ ਖੇਲ ਹੈ ਜੀ ਹੈ ਕਿ ਨਹੀਂ ਜੀ ਉਹਦੀ ਕਿਸਮਤ ਮੈਂ ਲਿਖਿਆ ਵਦਾ ਪਰ ਬੰਦੇ ਨੇ ਗਾਣੇ ਜੀ ਪੂਰੇ ਬੰਬ ਗਾਏ ਜੀ ਬਾਬੇ ਸਾਰੀ ਉਮਰ ਨਹੀਂ ਮਰਦਾ ਮਰਦਾ ਨਹੀਂ ਮਰਦਾ ਨਹੀਂ ਨਾ ਮਰੇ ਨਾ ਚੱਲੇ ਚਮਕੀ ਲਿਆਂਗੂ ਸਦਾ ਬਾਹਰ ਰਹੂਗਾ ਸਦਾ ਬਾਹਰ ਗਾਣੇ ਜੀ ਸਦਾ ਵਾ ਅੱਜ ਅੱਜ ਕਿੰਨਾ ਚਾ ਸੀ ਜਸਟ ਟਾਈਮ ਹੁਣ ਤਾਂ ਦੇਖੋ ਜੀ ਹੁਣ ਗੱਲ ਆਈ ਸੀ ਟੇਕੜਾਂ ਦਾ ਮੱਥਾ ਬਾਬਿਓ ਪਰ ਅਸੀਂ ਆਗੇ ਹੋਰ ਉਹ ਮਤਾਂ ਤੁਹਾਨੂੰ ਪਤਾ ਹੀ ਐ ਗੀਤ ਫਿਰ ਵੱਜਦਾ ਫੁੱਲ ਗੱਡੀਆਂ ਚ ਗਾਣੇ ਬਾਬੇ ਬੰਬ ਗਾਣੇ ਜੀ ਉਹਦੇ ਬੰਬ ਐ ਬਾਈ ਟਰੈਕਟਰਾਂ ਉਰ ਵੀ ਉਹੀ ਚੱਲਦਾ ਪਿੰਡਾਂ 'ਵਾਂ ਗਾਣਾ ਮੂਸੇ ਵਾਲਾ ਮੂਸੇ ਵਾਲਾ ਗਾਣਾ ਵੱਢ ਕੇ ਹਟਿਆ ਚੱਲੀ ਜਾਊਗਾ ਕਣਕ ਬੀਜਾਂਗੇ ਸਦਾ ਬਹਾਰ ਚੱਲੂਗਾ ਵੱਜਦੇ ਰਹਿਣਗੇ ਗਾਣੇ ਚੱਲਦਾ ਰਹਿਣਾ ਸਾਹ ਵਿੱਚ ਸਾਹ ਐ ਮੂਸੇ ਵਾਲੇ ਦੇ ਗਾਣੇ ਚੱਲੂਗੇ ਬਾਬੇਓ ਚਲੋ ਫਿਰ ਸਿੱਧੂ ਮੂਸੇ ਵਾਲੇ ਦਾ ਕੋਈ ਵੀ ਗੀਤ ਹੋ ਜਾ ਕੋਈ ਗਾਗੇ ਨਾਲ ਸਾਰੇ ਇਕੱਠੇ ਹੀ ਮੈਂ ਤਾਂ ਟੈਟਾ ਕੋਈ ਨਹੀਂ ਤੁਸੀਂ ਟੈਨੇ ਵੀ ਟੈਨ ਨਹੀਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਸੋ ਕੋਈ ਵੀ ਗੀਤ ਆਪਣਾ ਕਿਉਂ ਸਿੱਧੂ ਮੂਸੇ ਵਾਲਾ ਕਹਿੰਦੇ ਪਹਿਲੀ ਬੰਦਾ ਕਰੇ ਨਾ ਜਨਾਨੀ ਵਾਜੀਆਂ ਤੇ ਕਦੇ ਆਸ਼ਕ ਰਾਨਾ ਦਾ ਵੈਲੀ ਹੋ ਨਹੀਂ ਸਕਦਾ ਸਰ ਆ ਬਾਬੇ ਬਸ ਹਾਂ ਗਰੇ ਕੀ ਕਹਾਂਗੇ ਤੁਸੀਂ ਸਰ ਆ ਭਾਈ ਜਿਉਂਦਾ ਰਹੂਗਾ ਆਪਣੇ ਦਿਲਾਂ ਚ ਵਸਦਾ ਭਾਈ ਠੀਕ ਹੈ ਨਾ ਚਲੋ ਜੇ ਰੱਬ ਨੇ ਕਰਨਾ ਸੀ ਤਾਂ ਕਰਤਾ ਪਰ ਚਮਕੀਲਾ ਤੇ ਸਿੱਧੂ ਮੂਸੇ ਵਾਲਾ ਸਦਾ ਲਈ ਰਹਿਣਗੇ ਭਾਈ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਕਿ ਦਿਵਾਲੀ ਦਾ ਤਿਉਹਾਰ ਔਰ ਸਿੱਧੂ ਮੁਸੇਵਾਲੇ ਦਾ ਗੀਤ ਆ ਚੁੱਕਿਆ ਵਾਚ ਆਊਟ ਸੋ ਬਹੁਤ ਵਧੀਆ ਲੱਗ ਰਿਹਾ ਸੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਸੋ ਸਿੱਧੂ ਮੁਸੇਵਾਲੇ ਵਾਲੇ ਦੇ ਚਾਣ ਵਾਲਿਆਂ ਨਾਲ ਗੱਲਬਾਤ ਕੀਤੀ ਸੋ ਤੁਸੀਂ ਵੀ ਦੱਸਿਓ ਕਮੈਂਟਾਂ ਦੇ ਵਿੱਚ ਕਿ ਕਿਦਾਂ ਦਾ ਲੱਗਿਆ ਗੀਤ ਸੋ ਹੁਣ ਮੈਨੂੰ ਦੀ ਇਜਾਜ਼ਤ ਕੈਮਰਾਮੈਨ ਮਹੇਸ਼ ਦੇ ਨਾਲ ਸੋ ਨੂੰ ਜਾਂਸਲਾ ਦੀ ਰਿਪੋਰਟ ਮੋਹਾਲੀ ਜਾਂਦੇ ਜਾਂਦੇ ਤੁਹਾਨੂੰ ਇਹ ਦੱਸ ਦਈਏ ਕਿ ਦਿਵਾਲੀ ਦੀਆਂ ਤੁਹਾਨੂੰ ਫਿਰ ਦੁਵਾਰਾ ਮੁੜ ਬਹੁਤ ਬਹੁਤ ਮੁਬਾਰਕਾਂ ਅਤੇ ਸਿੱਧੂ ਮੁਸੇਵਾਲੇ ਦੇ ਤੇ ਜਿਨ੍ਹਾਂ ਨੇ ਸਾਡੇ ਨਾਲ ਸੱਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਸੋ ਹੁਣ ਮੈਨੂੰ ਦੇ ਇਜਾਜ਼ਤ ਤੁਸੀਂ ਵੀ ਮੱਥਾ ਟੇਕੋ ਤੇ ਹੁਣ ਅਸੀਂ ਵੀ ਘਰ ਜਾਣਾ ਹੈ ਖਾਸ ਕਰਕੇ ਤੁਹਾਡੇ ਕਰਕੇ ਬਾਹਰ ਨਿਕਲੇ ਸੀ ਸਿੱਧੂ ਬੂਸੇ ਵਾਲੇ ਦੇ ਫੈਨ ਤੁਹਾਡੇ ਕਰਕੇ ਨਿਕਲੇ ਸੀ ਕਿ ਤਾਂਕਿ ਤੁਹਾਨੂੰ ਦਿਖਾ ਸਕੀਏ ਕਿ ਲੋਕਾਂ ਦੇ ਵਿੱਚ ਕਿੰਨਾ ਕਿ ਉਤਸ਼ਾਹ ਹੈ ਦੀਵਾਲੀ ਦਾ ਤੇ ਕੀਚਾ ਸੋ ਹੁਣ ਮੈਨੂੰ ਦੇ ਇਜਾਜ਼ਤ ਕੈਮਰਾਮੈਨ ਮਿਹਰ ਦੇ ਨਾਲ ਸੋਨੂੰ ਜਾਂਸਲਾ ਦੀ ਰਿਪੋਰਟ ਮੋਹਾਲੀ